वीडियो पाउण दा मकसद यह है जदों जेठ सुदी दसवीं इस स्थान ते मनाई जांदी है गर्मियां दे विच तां संगतां वध चढ़ के इस स्थान ते पहुंचदियां हन। बाबा जी अज भी संगतां उत्थे इदां ही आउंदियां ने ते नाम बाणी दे सिमरन सुखमनी साहिब दे सिमरन करदियां ने। हाँ हुण वी बाणी दे नाल जुड़ियां होईयां संगतां हर रोज़ सी 2008 तों उत्थे लड़ी भी चल रही है अखंड पाठ साहिब दी संगतां आ के पाठ कराउंदियां हन ਅਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੀਆਂ ਹਨ। ਦਸਵੀਂ ਵਾਲੇ ਦਿਨ ਗੁਰੂ ਜੀ ਨੇ 5 ਸੁਖਮਨੀ ਸਾਹਿਬ ਦੇ ਪਾਠ ਕਰੇ। ਤੁਸੀਂ ਦੇਖ ਰਹੇ ਹੋ ਖੰਨਾ ਟਾਈਮਸ ਟੀਵੀ ਅਤੇ ਅੱਜ ਤੁਹਾਨੂੰ ਉਸ ਇਤਿਹਾਸਿਕ ਸਥਾਨ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜ਼ਿਲ੍ਹਾ ਮੋਹਾਲੀ ਦਾ ਪਿੰਡ ਘੜੂਆਂ, ਜਿਸ ਘੜੂਆਂ ਪਿੰਡ ਦੇ ਵਿੱਚ ਗੁਰਦੁਆਰਾ ਸ਼੍ਰੀ ਅਕਾਲਗੜ੍ਹ ਸਾਹਿਬ ਪਾਤਸ਼ਾਹੀ ਨੌਵੀਂ ਇਤਿਹਾਸਿਕ ਸਥਾਨ ਹੈ। ਬੜੇ ਪੁਰਾਣੇ ਸਮੇਂ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੋ ਕਿ ਪਾਤਸ਼ਾਹੀ ਨੌਵੀਂ ਇੱਥੇ ਚਰਨ ਛੋਹ ਪ੍ਰਾਪਤ ਧਰਤੀ ਹੈ ਅਤੇ ਸੰਗਤਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ, ਦੁੱਖ ਦਰਦ ਦੂਰ ਹੁੰਦੇ ਹਨ ਅਤੇ ਸੰਗਤਾਂ ਵੱਧ ਚੜ੍ਹ ਕੇ ਇਸ ਸਥਾਨ ਦੇ ਨਾਲ ਜੁੜੀਆਂ ਹੋਈਆਂ ਹਨ। ਕਿਉਂਕਿ ਸਾਡੇ ਵੀਡੀਓ ਪਾਉਣ ਦਾ ਮਕਸਦ ਇਹ ਹੈ ਜਦੋਂ ਜੇਠ ਸੁਦੀ ਦਸਵੀਂ ਇਸ ਸਥਾਨ 'ਤੇ ਮਨਾਈ ਜਾਂਦੀ ਹੈ ਗਰਮੀਆਂ ਦੇ ਵਿੱਚ ਤਾਂ ਸੰਗਤਾਂ ਵੱਧ ਚੜ੍ਹ ਕੇ ਇਸ ਸਥਾਨ 'ਤੇ ਪਹੁੰਚਦੀਆਂ ਹਨ ਅਤੇ ਸਾਡੇ ਨਾਲ ਕਾਰ ਸੇਵਾ ਵਾਲੇ ਬਾਬਾ ਜੀ ਬਾਈ ਗੁਰਦੀਪ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਅਤੇ ਸਾਨੂੰ ਇਤਿਹਾਸ ਨਾਲ ਜਾਣੂ ਕਰਵਾਉਣਗੇ। ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਦੁਆਰਾ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦੇ ਚਰਨ ਛੋਹ ਪ੍ਰਾਪਤ ਹੈ। ਇੱਥੇ ਦਸਵੀਂ ਵਾਲੇ ਦਿਨ ਗੁਰੂ ਜੀ ਨੇ 5 ਸੁਖਮਨੀ ਸਾਹਿਬ ਦੇ ਪਾਠ ਕਰਨੇ ਜਾਂ ਸੁਣਨੇ ਦੇ ਵਾਸਤੇ ਹੁਕਮ ਕੀਤਾ ਹੋਇਆ ਹੈ। ਇਹ ਇੱਕ ਗੁਰਦੁਆਰਾ ਪਿੰਡ ਦੇ ਵਿੱਚ ਹੈ ਸੱਤਵੇਂ ਪਾਤਸ਼ਾਹ ਦਾ। ਉਹ ਗੁਰਦੁਆਰੇ ਦੇ ਵਿੱਚ ਗੁਰੂ ਮਹਾਰਾਜ ਗਏ, ਉੱਥੇ ਕੁਛ ਧੀਰ ਮੱਲੀਆਂ ਦੇ ਅਤੇ ਰਾਮ ਰਾਈਆਂ ਦੇ ਘਰ ਰਹਿੰਦੇ ਸਨ। ਉਹਨਾਂ ਨੇ ਗੁਰੂ ਸਾਹਿਬ ਨਾਲ ਖੁੰਦਕ ਖਾਧੀ ਅਤੇ ਗੁਰੂ ਜੀ ਵਾਪਸ ਖੇਤਾਂ ਵਿੱਚ ਨੂੰ ਹੋ ਪਏ ਤਾਂ ਅੱਗੇ ਇੱਕ ਬਾਗ ਸੀ, ਬਾਗ ਦੇ ਵਿੱਚ ਇੱਕ ਛੱਪੜੀ ਹੈ, ਛੱਪੜੀ 'ਤੇ ਇੱਕ ਖੂਹ ਹੈ ਪੁਰਾਣਾ, ਜਿਸ 'ਤੇ ਸਿੱਧ ਹੁੰਦਾ ਕਿ ਇਹ ਕੋਈ ਪੁਰਾਣੀ ਇੱਥੇ ਬਸਤੀ ਹੋਊਗੀ। ਤਾਂ ਇੱਥੇ ਗੁਰੂ ਜੀ ਮਹਾਰਾਜ ਅਟਕੇ ਇੰਨੇ ਨੂੰ ਪਿੰਡ ਵਿੱਚੋਂ ਬੱਲਭ ਰਾਮ ਮਿਸਤਰੀ ਚੱਲ ਕੇ ਆਇਆ। ਉਹ ਕਹਿਣ ਲੱਗਿਆ ਕਿ ਮਹਾਰਾਜ ਸਾਤੋਂ ਗਲਤੀ ਬਹੁਤ ਵੱਡੀ ਗਲਤੀ ਹੋ ਗਈ, ਸਾਡੀ ਗਲਤੀ ਬਖਸ਼ੋ ਜੀ। ਕਹਿੰਦੇ ਬਖਸ਼ੇ ਗਏ ਜੀ। ਇੰਨੇ ਨੂੰ ਹੋਰ ਸੰਗਤ ਪਿੰਡ ਤੋਂ ਆ ਗਈ ਤਾਂ ਸਾਰੀ ਸੰਗਤ ਨੇ ਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਇੱਥੇ ਤਪਦਿਕ ਦਾ ਰੋਗ ਲੱਗਿਆ ਹੋਇਆ ਹੈ, ਰੋਗ ਨਹੀਂ ਜਾਂਦਾ। ਗੁਰੂ ਜੀ ਨੇ ਹੁਕਮ ਕੀਤਾ, ਭਾਈ ਇਹ ਚੱਪੜੀ ਦੇ ਵਿੱਚ ਇਸ਼ਨਾਨ ਕਰੋ, 5 ਸੁਖਮਨੀ ਸਾਹਿਬ ਦੇ ਪਾਠ ਕਰੋ ਜਾਂ ਸੁਣੋ, ਲੰਗਰ ਚਲਾਓ, ਆਏ ਗਏ ਸਾਧ ਸੰਗਤ ਦੀ ਸੇਵਾ ਕਰੋ। ਅਤੇ 7 ਦਿਨ ਨਾਮ ਬਾਣੀ ਦਾ ਪ੍ਰਵਾਹ ਚੱਲਦਾ ਰਿਹਾ। ਇੱਥੋਂ ਗੁਰੂ ਜੀ ਫਿਰ ਅੱਗੇ ਅਨੰਦਪੁਰ ਸਾਹਿਬ ਵਾਲਿਆਂ ਨੂੰ ਇਹ ਵਰ ਦੇ ਕੇ ਚਲੇ ਗਏ। ਇਹ ਛੱਪੜੀ ਨੂੰ ਜਿਹੜੇ ਵਰ ਦਿੱਤੇ ਉੱਥੇ ਹੁਣ ਸਰੋਵਰ, ਛੱਪੜੀ ਦੀ ਥਾਂ 'ਤੇ ਸਰੋਵਰ ਹੈ। ਇਹ ਅਤੇ ਜੀ ਜੰਮਣ ਮਰਨ ਤੋਂ ਛੁੱਟਣਗੇ ਅਤੇ ਹਰ ਇੱਕ ਮਨੋਕਾਮਨਾਵਾਂ ਪੂਰੀ ਹੋਵੇਗੀ। ਬਾਬਾ ਜੀ ਅੱਜ ਵੀ ਸੰਗਤਾਂ ਉੱਥੇ ਇੱਦਾਂ ਹੀ ਆਉਂਦੀਆਂ ਨੇ ਅਤੇ ਨਾਮ ਬਾਣੀ ਦੇ ਸਿਮਰਨ ਸੁਖਮਨੀ ਸਾਹਿਬ ਦੇ ਸਿਮਰਨ ਕਰਦੀਆਂ ਨੇ। ਹਾਂਜੀ ਹੁਣ ਵੀ ਬਾਣੀ ਦੇ ਨਾਲ ਜੁੜੀਆਂ ਹੋਈਆਂ ਸੰਗਤਾਂ ਹਰ ਰੋਜ਼ ਸੁਖਮਨੀ ਸਾਹਿਬ ਦੇ ਪਾਠ ਕਰਦੀਆਂ। 2008 ਤੋਂ ਉੱਥੇ ਲੜੀ ਵੀ ਚੱਲ ਰਹੀ ਹੈ ਅਖੰਡ ਪਾਠ ਸਾਹਿਬ ਦੀ ਅਤੇ ਸੰਗਤਾਂ ਆ ਕੇ ਪਾਠ ਕਰਾਉਂਦੀਆਂ ਹਨ ਅਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੀਆਂ ਹਨ। ਅਤੇ ਜੇਠ ਸੁਦੀ ਦਸਵੀਂ ਨੂੰ ਬਹੁਤ ਭਾਰੀ ਮੇਲਾ ਲੱਗਦਾ ਹੈ ਅਤੇ ਉਸ ਨੂੰ ਬਹੁਤ ਦੂਰ ਦੂਰ ਤੋਂ ਸੰਗਤ ਆਉਂਦੀ ਹੈ। 3 ਦਿਨ ਮੇਲਾ ਬੜਾ ਭਰਦਾ ਹੈ। ਉਸ ਮੇਲ ਰੋਡ ਦੇ ਵਿੱਚ ਹੁੰਮ ਮਾ ਕੇ ਸੰਗਤਾਂ ਆਉਂਦੀਆਂ ਅਤੇ ਸੁਖਮਨੀ ਸਾਹਿਬ ਦੇ ਪਾਠ ਕਰਦੀਆਂ ਹਨ ਜਾਂ ਸੁਣਦੀਆਂ ਹਨ। ਇੱਕ ਰਾਤਰੀ ਦਾ ਦੀਵਾਨ ਹੁੰਦਾ ਅਤੇ ਦੂਜੇ ਦਿਨ ਸਾਰਾ ਦਿਨ ਦੀਵਾਨ ਚੱਲਦਾ ਰਹਿੰਦਾ। ਇਸ ਕਰਕੇ ਇਸ ਗੁਰਦੁਆਰੇ ਦੇ ਵਿੱਚ
बहुत संगत आती है तो अपने मनोकामना पूरियां करके जाती है। यह गुरुद्वारा पिंड कढ़ूआ पातशाही नौवीं ने चरण छोह प्राप्त है। जी बाबा जी, कार सेवा चल रही है किन्ने लंबे समय तो इस स्थान के उपर चल रही है अपनी? ये कार सेवा 1986-87 च लगी थी, जब तो इतने तो बहुत दरखत बीया मान के मंगन खड़े थे, तो कुछ असी जे आम दरखत थे वो तो पट दते, बाकी अंब अंब रख ले सी। हूँ फिर इतने वो गुरुद्वारा पहला छोटा था, उन्होंने टा के नवा गुरुद्वारा बनाया अते आ सरोवर बनाया, तो हूँ इतने लंगर हाल ते दवान हाल की सेवा चल रही है। उत्थे भी अजे चादरां पाईयां होईयां, लैंटर नहीं है, ते हौली हौली जो जो समा मिलता है इहदी तरक्की हुंदी जांदी है। इलाके दीआं संगतां हम आ के आउंदीआं हन अते मन पाशत फल पाउंदीआं हन। ਅਤੇ ਆਪ ਜੀ ਇਸ ਸਥਾਨ ਨਾਲ ਬਾਬਾ ਜੀ ਕਦ ਤੋਂ ਜੁੜੇ ਹੋਏ ਹੋ, ਕਦੋਂ ਤੋਂ ਮਤਲਬ ਕਿ ਆਪ ਜੀ ਨੇ ਸੇਵਾ ਸਟਾਰਟ ਕੀਤੀ ਸੀ ਗੁਰਦੁਆਰਾ ਸਾਹਿਬ ਦੇ ਵਿੱਚ? ਜਦ ਤੋਂ ਸੇਵਾ ਲੱਗੀ ਆ ਉਦੋਂ ਇੱਕ ਸਾਲ ਬਾਅਦ ਦਾਸ ਦੀ ਇੱਥੇ ਡਿਊਟੀ ਲੱਗ ਗਈ, ਜਦ ਤੋਂ ਬਾਅਦ ਫਿਰ ਇੱਥੇ ਹੀ ਸੇਵਾ ਦੇ ਵਿੱਚ ਲੱਗੇ ਰਹੇ ਅਤੇ ਅੱਗੇ ਦੀ ਅੱਗੇ ਵਾਧਾ ਹੁੰਦਾ ਰਿਹਾ। ਅਤੇ ਆਲੇ ਦੁਆਲੇ ਹੋਰ ਵੀ ਗੁਰਦੁਆਰੇ ਹਨ, ਇੱਕ ਗੁਰਦੁਆਰਾ ਨੇੜੇ ਹੀ ਪੈਂਦਾ ਪਿੰਡ ਮਾਮੂ ਉੱਪਰ, ਉਹ ਹੈਗਾ ਸਰੋਵਰ ਸਾਹਿਬ, ਉੱਥੇ ਦੀ ਸੇਵਾ ਵੀ ਦਾਸਾਂ ਵੱਲੋਂ ਕਰਾਈ ਗਈ ਹੈ ਸੰਗਤਾਂ ਦੀ, ਸੰਤ ਸੰਗਤਾਂ ਦੇ ਉੱਦਮ ਦੇ ਨਾਲ ਉੱਥੋਂ ਦੀ ਸੇਵਾ ਵੀ ਕਰਾਈ ਗਈ ਹੈ। ਅਤੇ ਜਿਹੜਾ ਪਿੰਡ ਦੇ ਵਿੱਚ ਗੁਰਦੁਆਰਾ ਸੱਤਵੇਂ ਪਾਤਸ਼ਾਹ ਦਾ ਗੁਰੂ ਹਰਿਰਾਏ ਸਾਹਿਬ ਦਾ, ਉਹ ਵੀ ਕਾਰ ਸੇਵਾ ਦੇ ਦੁਆਰੇ ਹੀ ਬਣਿਆ। ਇਸ ਕਰਕੇ ਪਰ ਕਾਲਗੜ੍ਹ ਸਾਹਿਬ ਗੁਰਦੁਆਰੇ 12 ਮਹੀਨੇ 30 ਦਿਨ ਲੰਗਰ ਚੱਲਦਾ ਰਹਿੰਦਾ ਹੈ, ਸੰਗਤਾਂ ਆਉਂਦੀਆਂ ਹਨ ਪ੍ਰਸ਼ਾਦਾ ਪਾਣੀ ਛੱਕ ਕੇ। ਜਿਹੜੇ ਦੂਰ ਦੀ ਸੰਗਤ ਹੋਵੇ ਕੋਈ, ਉਹਨੂੰ ਰਾਤ ਦੇ ਰਹਿਣੇ ਦੇ ਵਾਸਤੇ ਵੀ ਟਿਕਾਣਾ ਮਿਲ ਜਾਂਦਾ ਹੈ। ਅਤੇ ਬਾਬਾ ਜੀ, ਇਹ ਕਿਹੜੇ ਮਹਾਂਪੁਰਸ਼ਾਂ ਨੇ ਸੇਵਾ ਸਟਾਰਟ ਕੀਤੀ ਸੀ? ਤੁਸੀਂ ਦੱਸਿਆ ਸੀ ਵੀ ਪੁਰਾਣੇ ਲੰਬੇ ਸਮੇਂ ਤੋਂ ਸੇਵਾ ਚੱਲਦੀ ਆ ਰਹੀ ਹੈ। ਉਸ ਟਾਈਮ ਤੋਂ ਸੇਵਾ ਬਾਬਾ ਹਰਬੰਸ ਸਿੰਘ, ਪੰਥ ਰਤਨ ਬਾਬਾ ਹਰਬੰਸ ਸਿੰਘ ਦਿੱਲੀ ਵਾਲੇ, ਉਹਨਾਂ ਨੇ ਸੇਵਾ ਸ਼ੁਰੂ ਕੀਤੀ ਸੀ। ਹੁਣ ਉਹਨਾਂ ਦੀ ਥਾਂ 'ਤੇ ਬਾਬਾ ਬਚਨ ਸਿੰਘ ਦਿੱਲੀ ਵਾਲੇ, ਉਹਨਾਂ ਦੀ ਸੇਵਾ ਚੱਲ ਰਹੀ ਹੈ। ਹੋਰ ਵੀ ਇਲਾਕੇ ਦੇ ਵਿੱਚ ਆਲੇ ਦੁਆਲੇ ਸੇਵਾ ਚੱਲਦੀ ਹੈ, ਅਤੇ ਉਹ ਜਿਹੜੇ ਕੰਮ ਰਹਿੰਦੇ ਹਨ ਉਹ ਵੀ ਕਰਨੇ ਹਨ। ਸੰਗਤਾਂ ਪ੍ਰਤੀ ਬੇਨਤੀ ਹੈ ਕਿ ਆਓ ਅਤੇ ਤਨ ਅਤੇ ਮਨ ਅਤੇ ਧਨ ਦੇ ਨਾਲ ਸੇਵਾ ਕਰਕੇ, ਸੇਵਾ ਦੇ ਵਿੱਚ ਯੋਗਦਾਨ ਪਾ ਕੇ ਆਪੋ ਆਪਣੇ ਮਨ ਨੂੰ ਸਫਲ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।